ਪ੍ਰਦੂਸ਼ਣ ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਦੇ ਕਾਰਨਾਂ ਅਤੇ ਇਸ ਨੂੰ ਰੋਕਣ ਦੇ ਉਪਾਅ ਬਾਰੇ ਸਮਝਾਉਣਾ। ਗਰਮੀ ਦੀਆਂ ਛੁੱਟੀਆਂ ਹੋ ਗਈਆਂ ਸਨ। ਹਰ ਸਾਲ ਵਾਂਗ ਇਸ ਸਾਲ ਵੀ ਬਾਹਰ ਜਾਣ ਦਾ ਪ੍ਰੋਗਰਾਮ ਬਣੇਗਾ, ਪਰ ਕਿੱਥੇ? ਹਰਪ੍ਰੀਤ ਨੇ ਸੋਚਿਆ ਕਿ ਇਸ ਸਾਲ ਤਾਂ ਮਾਮਾ ਜੀ ਨੂੰ ਮਿਲਣ ਲਈ ਦਿੱਲੀ ਜਾਵਾਂਗਾ। ਮੰਮੀ ਤੇ ਮਨ ਜਾਣਗੇ, ਪਰ ਪਾਪਾ ਨੂੰ ਇਸ ਲਈ ਮਨਾਉਣਾ ਪਵੇਗਾ। ਪਾਪਾ ਤੇ ਸ਼ਾਮ ਦੇ 5:30 ਵਜੇ ਦਫ਼ਤਰੋਂ ਆਉਣਗੇ। ਮੇਰਾ ਕੰਮ ਵਿੱਚ ਜੀ ਨਹੀਂ ਲੱਗ ਰਿਹਾ। ਪਾਪਾ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਸਾਂ। ਦਰਵਾਜ਼ੇ ਤੇ ਘੰਟੀ ਵੱਜੀ ਤੇ ਹਰਪ੍ਰੀਤ ਦੌੜ ਕੇ ਗਿਆ। ਪਾਪਾ ਆ ਗਏ ਸਨ। ਉਹਨਾਂ ਨੇ ਹਰਪ੍ਰੀਤ ਨੂੰ ਪਿਆਰ ਕੀਤਾ ਅਤੇ ਚਾਹ ਪੀਂਦੇ ਹੋਏ ਕਿਹਾ, ਲੱਗਦਾ ਏ ਅੱਜ ਹਰਪ੍ਰੀਤ ਪੁੱਤਰ ਨੇ ਕੋਈ ਖਾਸ ਗੱਲ ਕਰਨੀ ਹੈ। ਪਾਪਾ ਨੇ ਸ਼ਾਇਦ ਹਰਪ੍ਰੀਤ ਦਾ ਚਿਹਰਾ ਪੜ ਲਿਆ ਸੀ। ਪਾਪਾ, ਇਸ ਵਾਰ ਛੁੱਟੀਆਂ ਵਿੱਚ ਦਿੱਲੀ ਮਾਮਾ ਜੀ ਕੋਲ ਜਾਣਾ ਹੈ। ਇੰਨੀ ਗਰਮੀ ਚ ਦਿੱਲੀ ਜਾਣਾ? ਪਾਪਾ ਨੇ ਹੈਰਾਨ ਹੋ ਕੇ ਪੁੱਛਿਆ। ਪਾਪਾ, ਦਿਨ ਵਿੱਚ ਤੇ ਕੂਲਰ ਸਾਹਮਣੇ ਬੈਠੇ ਰਿਹਾ ਕਰਾਂਗੇ ਨਾ, ਬਸ ਸ਼ਾਮ ਨੂੰ ਥੋੜਾ ਘੁੰਮ ਆਇਆ ਕਰਾਂਗੇ। ਪਰ ਪੁੱਤਰ, ਇਸ ਵਾਰ ਆਪਾਂ ਸਭ ਬੇਬੇ ਜੀ ਤੇ ਬਾਪੂ ਜੀ ਨੂੰ ਮਿਲਣ ਲਈ ਪਿੰਡ ਚੱਲਾਂਗੇ। ਪਰ ਪਾਪਾ, ਮੇਰਾ ਨੀ ਦਿਲ ਉੱਥੇ ਲੱਗਦਾ। ਇੰਜ ਨਾ ਕਹਿ ਪੁੱਤਰ, ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਘਿਰਿਆ ਉਹ ਪਿੰਡ ਤੇ ਸਵਰਗ ਵਾਂਗ ਹੈ। ਨਾ ਦਿੱਲੀ ਵਰਗੀ ਭੀੜ ਤੇ ਨਾ ਕੋਈ ਪ੍ਰਦੂਸ਼ਣ। ਹਾਂ ਪਾਪਾ, ਇੱਕ ਦਿਨ ਟੀਵੀ ਤੇ ਵੀ ਦੱਸ ਰਹੇ ਸਨ ਕਿ ਦਿੱਲੀ ਵਿੱਚ ਬਹੁਤ ਪ੍ਰਦੂਸ਼ਣ ਵੱਧ ਗਿਆ ਏ। ਪੁੱਤਰ, ਫੇਰ ਤੇ ਤੈਨੂੰ ਦਿੱਲੀ ਜਾਣ ਦੀ ਜ਼ਿੱਦ ਨਹੀਂ ਕਰਨੀ ਚਾਹੀਦੀ। ਠੀਕ ਹੈ ਪਾਪਾ, ਆਪਾਂ ਇਸ ਵਾਰ ਪਿੰਡ ਹੀ ਚੱਲਾਂਗੇ, ਪਰ ਤੁਸੀਂ ਮੈਨੂੰ ਦੱਸੋ ਕਿ ਪ੍ਰਦੂਸ਼ਣ ਕੀ ਹੈ। ਪੁੱਤਰ, ਤੈਨੂੰ ਪਤਾ ਹੈ ਸਾਡੇ ਜਿਉਂਦੇ ਰਹਿਣ ਲਈ ਹਵਾ, ਪਾਣੀ ਆਦਿ ਬਹੁਤ ਜ਼ਰੂਰੀ ਹਨ, ਪਰ ਮਨੁੱਖ ਇਹਨਾਂ ਕੁਦਰਤੀ ਸਾਧਨਾਂ ਨੂੰ ਦੂਸ਼ਿਤ ਕਰਕੇ ਕੁਦਰਤ ਦੇ ਸੰਤੁਲਨ ਨੂੰ ਭੰਗ ਕਰ ਰਿਹਾ ਹੈ। ਇਸ ਨੂੰ ਹੀ ਪ੍ਰਦੂਸ਼ਣ ਕਹਿੰਦੇ ਹਨ। ਪਾਪਾ, ਟੀਵੀ ਵਿੱਚ ਓਜ਼ੋਨ ਪਰਤ ਬਾਰੇ ਵੀ ਕੁਝ ਗੱਲ ਕਰ ਰਹੇ ਸੀ, ਪਰ ਪੁੱਤਰ, ਸਾਡੇ ਉੱਪਰਲੇ ਵਾਯੂਮੰਡਲ ਵਿੱਚ ਓਜ਼ੋਨ ਦੀ ਇੱਕ ਪਰਤ ਹੈ। ਇਹ ਹਲਕੇ ਨੀਲੇ ਰੰਗ ਦੀ ਗੈਸ ਦੀ ਪਰਤ ਸਾਡੀ ਧਰਤੀ ਤੇ ਰਹਿਣ ਵਾਲੇ ਜੀਵ ਜੰਤੂਆਂ ਅਤੇ ਪੌਦਿਆਂ ਦੀ ਸੂਰਜ ਤੋਂ ਆਉਣ ਵਾਲੀਆਂ ਪਾਰ ਬੈਂਗਣੀ ਕਿਰਨਾਂ ਤੋਂ ਰੱਖਿਆ ਕਰਦੀ ਹੈ। ਇਹ ਕਿਰਨਾਂ ਕੈਂਸਰ ਅਤੇ ਚਮੜੀ ਦੇ ਰੋਗ ਵਾਲੀਆਂ ਪਾਰ ਬੈਂਗਣੀ ਕਿਰਨਾਂ ਤੋਂ ਰੱਖਿਆ ਕਰਦੀ ਹੈ। ਇਹ ਕਿਰਨਾਂ ਕੈਂਸਰ ਅਤੇ ਚਮੜੀ ਦੇ ਰੋਗ ਪੈਦਾ ਕਰਦੀਆਂ ਹਨ, ਪਰ ਇਹ ਪਰਤ ਪਾਰ ਬੈਂਗਣੀ ਕਿਰਨਾਂ ਨੂੰ ਸੋਖ ਕੇ ਧਰਤੀ ਤੱਕ ਪਹੁੰਚਣ ਹੀ ਨਹੀਂ ਦਿੰਦੀ। ਅਫਸੋਸ ਦੀ ਗੱਲ ਇਹ ਹੈ ਕਿ ਵਾਯੂਮੰਡਲ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਕਾਰਨ ਇਸ ਪਰਤ ਵਿੱਚ ਛੇਕ ਹੋ ਗਏ ਹਨ ਅਤੇ ਧਰਤੀ ਉੱਪਰ ਕੁਝ ਪਾਰ ਬੈਂਗਣੀ ਕਿਰਨਾਂ ਪਹੁੰਚਣ ਨਾਲ ਸਾਡੇ ਲਈ ਖਤਰਾ ਬਣ ਗਿਆ ਹੈ। ਇਸ ਲਈ ਸਾਨੂੰ ਹਵਾ ਦੇ ਪ੍ਰਦੂਸ਼ਣ ਤੇ ਰੋਕ ਲਗਾਉਣੀ ਪਵੇਗੀ। ਪਾਪਾ, ਹਵਾ ਦਾ ਪ੍ਰਦੂਸ਼ਣ ਕੀ ਹੈ ਅਤੇ ਇਸ ਤੇ ਕਿਵੇਂ ਰੋਕ ਲਾਈ ਜਾ ਸਕਦੀ ਹੈ? ਪੁੱਤਰ, ਅਸੀਂ ਸਾਹ ਲੈਣ ਵੇਲੇ ਆਕਸੀਜਨ ਆਪਣੇ ਅੰਦਰ ਲੈ ਜਾਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਹਾਂ। ਪੌਦੇ ਸੂਰਜ ਦੀ ਰੋਸ਼ਨੀ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਦੀ ਸਹਾਇਤਾ ਨਾਲ ਆਪਣਾ ਭੋਜਨ ਤਿਆਰ ਕਰਦੇ ਹਨ ਅਤੇ ਆਕਸੀਜਨ ਛੱਡਦੇ ਹਨ। ਇਸ ਤਰ੍ਹਾਂ ਕੁਦਰਤ ਵਿੱਚ ਇਹਨਾਂ ਗੈਸਾਂ ਦਾ ਇੱਕ ਸੰਤੁਲਨ ਬਣਿਆ ਹੋਇਆ ਹੈ। ਵੱਧ ਰਹੇ ਉਦਯੋਗਾਂ ਕਾਰਨ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਲਗਾਤਾਰ ਵੱਧ ਰਹੀ ਹੈ ਅਤੇ ਰੁੱਖਾਂ ਦੀ ਲਗਾਤਾਰ ਕਟਾਈ ਕਾਰਨ ਆਕਸੀਜਨ ਦੀ ਮਾਤਰਾ ਘਟ ਗਈ ਹੈ। ਕਾਰਖਾਨਿਆਂ ਦੀਆਂ ਚਿਮਨੀਆਂ, ਡੀਜ਼ਲ, ਪੈਟਰੋਲ ਨਾਲ ਚੱਲਣ ਵਾਲੀਆਂ ਮੋਟਰ ਗੱਡੀਆਂ ਜ਼ਹਿਰੀਲਾ ਧੂੰਆਂ ਛੱਡਦੀਆਂ ਹਨ। ਉਸ ਹਵਾ ਵਿੱਚ ਸਾਹ ਲੈਣ ਤੇ ਅਨੇਕਾਂ ਰੋਗ ਹੋ ਜਾਂਦੇ ਹਨ। ਗੈਸਾਂ ਪੌਦਿਆਂ ਤੇ ਵੀ ਬਹੁਤ ਬੁਰਾ ਪ੍ਰਭਾਵ ਪਾਉਂਦੀਆਂ ਨੇ। ਇੱਥੋਂ ਤੱਕ ਕਿ ਆਗਰਾ ਸਥਿਤ ਤਾਜ ਮਹਿਲ ਵੀ ਇਹਨਾਂ ਗੈਸਾਂ ਦੀ ਮਾਰ ਤੋਂ ਨਹੀਂ ਬਚ ਸਕਿਆ। ਇਸ ਦੇ ਸੰਗਮਰਮਰ ਦਾ ਪੱਥਰ ਵੀ ਥੋੜਾ ਪੀਲਾ ਹੋਣਾ ਸ਼ੁਰੂ ਹੋ ਗਿਆ ਹੈ। ਪਾਪਾ, ਹਵਾ ਦੇ ਪ੍ਰਦੂਸ਼ਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਪੁੱਤਰ, ਹਵਾ ਦੇ ਪ੍ਰਦੂਸ਼ਣ ਤੋਂ ਬਚਣ ਲਈ ਕਾਰਖਾਨਿਆਂ ਨੂੰ ਆਬਾਦੀਆਂ ਤੋਂ ਦੂਰ ਸਥਾਪਿਤ ਕਰਨਾ ਚਾਹੀਦਾ ਹੈ ਤਾਂ ਕਿ ਜ਼ਹਿਰੀਲੀਆਂ ਗੈਸਾਂ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ। ਮੋਟਰ ਗੱਡੀਆਂ ਦੀ ਸਮੇਂ ਸਮੇਂ ਤੇ ਪ੍ਰਦੂਸ਼ਣ ਲਈ ਪੜਤਾਲ ਕਰਨੀ ਚਾਹੀਦੀ ਹੈ। ਰੁੱਖਾਂ ਦੀ ਬੇਲੋੜੀ ਕਟਾਈ ਤੇ ਰੋਕ ਲਾਈ ਜਾਵੇ ਅਤੇ ਨਵੇਂ ਰੁੱਖ ਲਾਏ ਜਾਣ। ਪਾਪਾ, ਤੁਸੀਂ ਦੱਸ ਰਹੇ ਸੀ ਕਿ ਪਾਣੀ ਵੀ ਲਗਾਤਾਰ ਦੂਸ਼ਿਤ ਹੋ ਰਿਹਾ ਹੈ। ਤੁਸੀਂ ਪਾਣੀ ਦੇ ਪ੍ਰਦੂਸ਼ਣ ਬਾਰੇ ਕੁਝ ਦੱਸੋ। ਪੁੱਤਰ, ਸਾਡੇ ਪਾਣੀਆਂ ਦੇ ਸੋਮਿਆਂ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ। ਸਾਡੀ ਪਵਿੱਤਰ ਨਦੀ
ਗੰਗਾ ਵੀ ਪ੍ਰਦੂਸ਼ਣ ਤੋਂ ਬਚ ਨਹੀਂ ਸਕੀ। ਪਾਣੀ ਦਾ ਪ੍ਰਦੂਸ਼ਣ ਮੁੱਖ ਤੌਰ ਤੇ ਕਾਰਖਾਨਿਆਂ ਦੀ ਗਿਣਤੀ ਅਤੇ ਜਨਸੰਖਿਆ ਦੇ ਵਾਧੇ ਕਾਰਨ ਹੋਇਆ ਹੈ। ਕਾਰਖਾਨਿਆਂ ਵਿੱਚੋਂ ਨਿਕਲਣ ਵਾਲੇ ਵਾਧੂ ਪਦਾਰਥਾਂ ਨੂੰ ਪਾਣੀ ਵਿੱਚ ਵਹਾ ਦੇਣ ਨਾਲ ਇਹ ਦੂਸ਼ਿਤ ਹੋ ਜਾਂਦਾ ਹੈ। ਵੱਧ ਰਹੀ ਜਨਸੰਖਿਆ ਕਾਰਨ ਮਲ ਮੂਤਰ ਅਤੇ ਕੂੜੇ ਦੇ ਨਿਕਾਸ ਦਾ ਉਚਿਤ ਪ੍ਰਬੰਧ ਨਾ ਹੋਣ ਕਰਕੇ ਇਹ ਨਦੀਆਂ ਅਤੇ ਨਹਿਰਾਂ ਵਿੱਚ ਵਹਾ ਦਿੱਤਾ ਜਾਂਦਾ ਹੈ। ਪਿੰਡ ਵਿੱਚ ਜਿੱਥੇ ਪੀਣ ਦੇ ਪਾਣੀ ਦੀ ਕਮੀ ਹੈ, ਲੋਕ ਉਸੇ ਤਲਾਬ ਵਿੱਚ ਪਸ਼ੂਆਂ ਨੂੰ ਨਹਾਉਂਦੇ ਨੇ ਅਤੇ ਕੱਪੜੇ ਧੋਂਦੇ ਹਨ ਅਤੇ ਉਹੀ ਪਾਣੀ ਪੀਂਦੇ ਹਨ। ਦੂਸ਼ਿਤ ਪਾਣੀ ਪੀਣ ਨਾਲ ਹੈਜਾ, ਪੇਚਿਸ ਆਦਿ ਰੋਗ ਹੋ ਜਾਂਦੇ ਹਨ। ਪਾਪਾ, ਪਾਣੀ ਦੇ ਪ੍ਰਦੂਸ਼ਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਪਾਣੀ ਦੇ ਪ੍ਰਦੂਸ਼ਣ ਤੋਂ ਬਚਣ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਮਲ ਮੂਤਰ ਦੇ ਨਿਕਾਸ ਲਈ ਉਚਿਤ ਸੀਵਰੇਜ ਪ੍ਰਬੰਧ ਹੋਣਾ ਜ਼ਰੂਰੀ ਹੈ। ਕਾਰਖਾਨਿਆਂ ਤੋਂ ਵਾਧੂ ਪਦਾਰਥ ਨੂੰ ਪਾਣੀ ਵਿੱਚ ਨਹੀਂ ਵਹਾਉਣਾ ਚਾਹੀਦਾ। ਸਮੁੰਦਰ ਵਿੱਚ ਤੇਲ ਦੇ ਲੀਕ ਹੋ ਜਾਣ ਜਾਂ ਵਗਣ ਕਾਰਨ ਸਮੁੰਦਰੀ ਜੀਵ ਬਨਸਪਤੀ ਨਸ਼ਟ ਹੋ ਜਾਂਦੇ ਹਨ, ਜਿਵੇਂ ਇਰਾਕ ਯੁੱਧ ਵੇਲੇ ਹੋਏ ਹਨ। ਅਜਿਹੀ ਸਥਿਤੀ ਵਿੱਚ ਸਮੁੰਦਰ ਦੇ ਜਲ ਤੋਂ ਤੇਲ ਵੱਖ ਕੀਤਾ ਜਾਣਾ ਜ਼ਰੂਰੀ ਹੈ। ਪਾਪਾ, ਮੈਂ ਧਰਤੀ ਦੇ ਪ੍ਰਦੂਸ਼ਣ ਬਾਰੇ ਵੀ ਸੁਣਿਆ ਹੈ, ਕੀ ਇਹ ਠੀਕ ਹੈ? ਧਰਤੀ ਸਾਡੀ ਮਾਂ ਹੈ, ਇਹ ਸਾਨੂੰ ਅਨਾਜ, ਫਲ, ਸਬਜ਼ੀਆਂ ਦਿੰਦੀ ਹੈ ਅਤੇ ਅਸੀਂ ਆਪਣੀ ਅਗਿਆਨਤਾ ਕਾਰਨ ਧਰਤੀ ਨੂੰ ਦੂਸ਼ਿਤ ਕਰ ਰਹੇ ਹਾਂ। ਕਈ ਉਦਯੋਗਿਕ ਇਕਾਈਆਂ ਜਿਵੇਂ ਰੰਗ, ਚੀਨੀ ਉਦਯੋਗ ਅਤੇ ਪਲਾਸਟਿਕ ਉਦਯੋਗ ਤੋਂ ਨਿਕਲਣ ਵਾਲੇ ਵਾਧੂ ਪਦਾਰਥਾਂ ਨੂੰ ਧਰਤੀ ਉੱਪਰ ਛੱਡ ਦਿੱਤਾ ਜਾਂਦਾ ਹੈ। ਇਸ ਤੋਂ ਅਲਾਵਾ ਘਰਾਂ ਦਾ ਕੂੜਾ ਕਰਕਟ ਵੀ ਧਰਤੀ ਤੇ ਸੁੱਟ ਕੇ ਉਸ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ। ਸਿੱਟੇ ਵਜੋਂ ਮਿੱਟੀ ਦੇ ਗੁਣਾਂ ਵਿੱਚ ਪਰਿਵਰਤਨ ਆਉਣ ਕਾਰਨ ਇਸ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ। ਪਾਪਾ, ਧਰਤੀ ਦੇ ਪ੍ਰਦੂਸ਼ਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਪੁੱਤਰ, ਧਰਤੀ ਦੇ ਪ੍ਰਦੂਸ਼ਣ ਤੋਂ ਬਚਣ ਲਈ ਘਰਾਂ ਦਾ ਕੂੜਾ ਕਰਕਟ ਜਿਵੇਂ ਪਲਾਸਟਿਕ ਦੇ ਥੈਲੇ, ਕੱਚ, ਕਾਗਜ਼ ਆਦਿ ਖੇਤਾਂ ਵਿੱਚ ਨਹੀਂ ਸੁੱਟਣੇ ਚਾਹੀਦੇ। ਉਦਯੋਗਿਕ ਅਤੇ ਘਰੇਲੂ ਕੂੜਾ ਕਰਕਟ ਨੂੰ ਜਲਾ ਦੇਣਾ ਉਚਿਤ ਹੈ। ਪਾਪਾ, ਸੁਣਿਆ ਸੀ ਕਿ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿੱਚ ਧੁਨੀ ਪ੍ਰਦੂਸ਼ਣ ਵੀ ਜ਼ੋਰਾਂ ਤੇ ਹੈ। ਧੁਨੀ ਪ੍ਰਦੂਸ਼ਣ ਕੀ ਹੈ? ਪੁੱਤਰ, ਅੱਜ ਦੇ ਯੁੱਗ ਵਿੱਚ ਧੁਨੀ ਪ੍ਰਦੂਸ਼ਣ ਇੱਕ ਬਹੁਤ ਵੱਡੀ ਸਮੱਸਿਆ ਹੈ। ਕਾਰਖਾਨਿਆਂ, ਮੋਟਰ ਗੱਡੀਆਂ ਦਾ ਸ਼ੋਰ, ਉਤਸਵਾਂ ਅਤੇ ਮੇਲਿਆਂ ਵਿੱਚ ਵੱਜਣ ਵਾਲੇ ਲਾਊਡ ਸਪੀਕਰਾਂ ਅਤੇ ਰੇਲ ਗੱਡੀਆਂ ਤੇ ਜਹਾਜ਼ਾਂ ਦਾ ਸ਼ੋਰ ਸਭ ਧੁਨੀ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ। ਉੱਚੀ ਧੁਨੀ ਸਾਡੀ ਸਿਹਤ ਤੇ ਬੁਰਾ ਪ੍ਰਭਾਵ ਪਾਉਂਦੀ ਹੈ। ਇਸ ਨਾਲ ਸੋਚਣ ਸ਼ਕਤੀ ਅਤੇ ਯਾਦ ਸ਼ਕਤੀ ਘੱਟ ਹੁੰਦੀ ਹੈ ਅਤੇ ਖੂਨ ਦਾ ਦਬਾਅ ਵਧਣ ਕਾਰਨ ਦਿਲ ਦਾ ਰੋਗ ਵੀ ਹੋ ਸਕਦਾ ਹੈ। ਪਾਪਾ, ਧੁਨੀ ਪ੍ਰਦੂਸ਼ਣ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ? ਪੁੱਤਰ, ਧੁਨੀ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਮੇਲਿਆਂ ਅਤੇ ਉਤਸਵਾਂ ਵਿੱਚ ਬਿਨਾਂ ਆਗਿਆ ਲਾਊਡ ਸਪੀਕਰਾਂ ਦੀ ਵਰਤੋਂ ਤੇ ਰੋਕ ਲਾਉਣੀ ਚਾਹੀਦੀ ਹੈ। ਵਾਹਨਾਂ ਦੇ ਕੰਨ ਪਾੜਵੇਂ ਹਾਰਨ ਵੀ ਬਦਲਣੇ ਚਾਹੀਦੇ ਹਨ। ਸੜਕ ਦੇ ਦੋਵੇਂ ਪਾਸੇ ਦਰਖਤ ਲਗਾਏ ਜਾਣੇ ਚਾਹੀਦੇ ਹਨ ਕਿਉਂਕਿ ਇਹ ਧੁਨੀਆਂ ਸੋਖ ਲੈਂਦੇ ਹਨ। ਪਾਪਾ, ਕੀ ਪ੍ਰਦੂਸ਼ਣ ਦਾ ਕੋਈ ਹੋਰ ਵੀ ਕਾਰਨ ਹੈ? ਹਾਂ ਪੁੱਤਰ, ਅੱਜ ਕੱਲ ਕਈ ਦੇਸ਼ ਪਰਮਾਣੂ ਪਰੀਖਣ ਕਰ ਰਹੇ ਹਨ। ਅਜਿਹੇ ਪਰੀਖਣਾਂ ਦੌਰਾਨ ਉਤਪੰਨ ਵਿਕਰਨਾਂ ਜਿਵੇਂ ਜੀਵ ਜੰਤੂ ਅਤੇ ਪੌਦਿਆਂ ਦੇ ਰਸਤੇ ਮਨੁੱਖਾਂ ਦੇ ਸਰੀਰ ਵਿੱਚ ਦਾਖਲ ਹੋ ਕੇ ਕਈ ਭਿਆਨਕ ਰੋਗ ਉਤਪੰਨ ਕਰਦੀਆਂ ਹਨ। ਇਸ ਲਈ ਅਜਿਹੇ ਪਰਮਾਣੂ ਪਰੀਖਣਾਂ ਉੱਪਰ ਰੋਕ ਲਾਉਣੀ ਜ਼ਰੂਰੀ ਹੈ। ਠੀਕ ਹੈ ਪਾਪਾ, ਮੈਨੂੰ ਪ੍ਰਦੂਸ਼ਣ ਬਾਰੇ ਹੁਣ ਗਿਆਨ ਹੋ ਗਿਆ। ਆਪਾਂ ਸਾਰੇ ਪਿੰਡ ਹੀ ਚੱਲਾਂਗੇ ਤਾਂ ਕਿ ਸਾਫ਼ ਸ਼ੁੱਧ ਵਾਤਾਵਰਣ ਵਿੱਚ ਕੁਝ ਦਿਨ ਗੁਜ਼ਾਰ ਸਕੀਏ। ਅਤੇ ਪਿੰਡ ਦੀ ਜ਼ਿੰਦਗੀ ਵੀ ਮਾਣ ਸਕੀਏ। ਪਾਪਾ ਮੇਰੇ ਵੱਲ ਵੇਖ ਕੇ ਮੁਸਕੁਰਾ ਰਹੇ ਸਨ।